बंद किया स्कूल बंद किए लोग फिर ट्यूशन पढ़ा बच्चा क्यों फैल रही इस महामारी कारण जिथे लोकां दा घरां तों निकलना बंद किया गया है उत्थे ही बच्चों के स्कूलों ते कॉलेज भी बंद किए गए ने। पर लोकां नूं इस महामारी तों बचाउण लई सरकार वल्लों देश भर विच करफ्यू लगा दिता गया है, पर फिर भी कई लोग अपनियां हरकतां तों बाज नहीं आ रहे। जिथे प्रशासन वल्लों लोकां नूं बार बार घरां विच रहण दी अपील की जाती है उत्थे ही लोग सरकार दे दित्ते आदेशां दीआं शरेआम धज्जियां उड़ा रहे ने। जदकि पुलिस प्रशासन वल्लों यह भी आख्या गया है कि जेकर तुहानू कोई एमरजेंसी है तां ही तुसी अपने घरां तों बाहर जा सकदे हो, पर इन्हां लोकां दे कन्नां उपर तां जो भी सरकदी दिखाई नहीं दे रही। दोस्तों, वायरल हो रही इस वीडियो विच भी तुहानू कुछ अजिहा ही दिखावांगे जिस नूं देख के एक बार तां तुसी भी हैरान हो जावोगे कि किवें इन्हां छोटे छोटे बच्चों नूं इन्हां दे पिता वल्लों चल रहे इस माहौल विच भी ट्यूशन ते भेजिया जा रहा है, जबकि वड्डियां तों लैके छोटियां तक नूं घर विच रहण दी अपील कीती गई है। पर जदों बच्चों दा पिता अपने बच्चों नूं ट्यूशन तों वापस घर लैके जा रहा सी तां रास्ते विच पुलिस अधिकारियों ने उन्हां नूं रोकिया अते उन्हां नूं पुछिया कि तुसी कित्थों आए हो अते कित्थे जा रहे हो। तां बच्चे ने फट ही आख्या कि असीं तां ट्यूशन पढ़ के आए हाँ ते अपने घर जा रहे हाँ। जिस तों बाद पुलिस अधिकारी वल्लों बच्चे दे पिता नूं अते ट्यूशन पढ़ाउण वाली लड़की नूं की आख्या गया ਤੁਸੀਂ ਖੁਦ ਹੀ ਸੁਣ ਲਵੋ। ਬੰਦ ਕੀਤਾ ਸਕੂਲ ਬੰਦ ਕੀਤੇ ਆ ਤੁਸੀਂ ਲੋਕ ਫਿਰ ਟਿਊਸ਼ਨ ਪੜਾਉਣ ਦੇ ਬੱਚਿਆਂ ਨੂੰ ਕਿਉਂ? ਨੰਦਨੀ ਦੀਦੀ ਬੋਲ ਭਾਈ ਗੱਲ ਸੁਣ ਵੀ ਸਕੂਲ ਬੰਦ ਕੀਤੇ ਆ ਤੇ ਟਿਊਸ਼ਨ ਸੈਂਟਰ ਕਿਉਂ ਭੇਜਦੇ ਤੁਸੀਂ ਬੱਚੇ ਕਿੰਨ ਖੋਲਿਆ ਮੈਨੂੰ ਦੱਸੋ ਮੈਂ ਉਹਨੂੰ ਜਾ ਕੇ ਪੁੱਛਾਂ। ਆਨਲਾਈਨ ਤੇ ਪੜਾਉਂਦੇ ਪਏ ਨਾ ਨਾ ਟਿਊਸ਼ਨ ਜਦ ਅਸੀਂ ਬੰਦ ਕੀਤਾ ਕਿ ਕਿਸੇ ਦੇ ਘਰ ਨਹੀਂ ਜਾਣਾ ਤੇ ਤੂੰ ਨਿਆਣਿਆਂ ਨੂੰ ਟਿਊਸ਼ਨ ਪੜਾਉਣ ਤੁਰ ਆਇਆ ट्यूशन पढ़ा नंदन दीदी किथे आदा घर चंगा स्यापा मुकर क्यों
ਕਰੋਨਾ ਕਰਕੇ ਅਸੀਂ ਇੱਕ ਦੂਜੇ ਨੂੰ ਕਿਸੇ ਦੇ ਘਰ ਨਹੀਂ ਜਾਣ ਦੇਣਦੇ, ਤੁਸੀਂ ਟਿਊਸ਼ਨਾਂ ਪੜ੍ਹਾਉਣ ਡਏ ਆ, ਤੁਹਾਡੇ ਤੇ ਕੋਈ ਕਰੋਨਾ ਨਹੀਂ ਅਸਰ ਕਰਦਾ। ਕਦੇ ਆਪਣੇ ਆ ਸਾਨੂੰ ਪਤਾ ਨਹੀਂ। ਜਦੋਂ ਉਹ ਦੋ ਬੱਚੇ ਭੈਣ ਭਰਾ ਉਹਨਾਂ ਦਾ ਚਾਚਾ ਨਾਲ ਲੈ ਕੇ ਤੁਰਿਆ ਸੀ ਕਿਤਾਬਾਂ ਉਹਨਾਂ ਦੇ ਕੋਲ ਆ, ਤਾਂ ਮੈਂ ਪੁੱਛਿਆ ਕਿੱਥੋਂ ਆਏ ਆ, ਤੇ ਫੱਟ ਬੱਚੇ ਨੇ ਸਤੱਬਿਆ, ਬੱਚੇ ਨੇ ਬੋਲਿਆ ਕਿ ਅਸੀਂ ਟਿਊਸ਼ਨ ਪੜ੍ਹ ਕੇ ਆਏ ਹਾਂ। ਮੈਂ ਕਿਹਾ ਬਹੁਤ ਟਿਊਸ਼ਨਾਂ 'ਤੇ ਬੰਦ ਆ। ਉਹ ਕਹਿੰਦੇ ਨਹੀਂ ਸਾਨੂੰ ਪੜ੍ਹਾਉਂਦੇ ਆ, ਸਾਡੇ ਘਰ ਦੇ ਲੈ ਕੇ ਜਾਂਦੇ ਆ ਉੱਥੇ। ਉਹ ਬੱਚਾ ਮੈਨੂੰ ਉਸ ਘਰ ਲੈ ਗਿਆ ਜਿੱਥੇ ਉਹ ਟਿਊਸ਼ਨ ਪੜ੍ਹਾਉਂਦੇ ਸੀ, ਅਤੇ ਉਹ ਬੱਚੇ ਨੇ ਦੱਸਿਆ ਕਿ ਇੱਥੇ 3 ਜਣੇ ਅਸੀਂ ਟਿਊਸ਼ਨ ਪੜ੍ਹਨ ਆਉਂਦੇ ਹਾਂ। ਫਿਰ ਘਰ ਵਾਲਿਆਂ ਨੂੰ ਅਸੀਂ ਮਨ੍ਹਾ ਕਰਕੇ ਆਏ ਹਾਂ ਵੀ ਜੇਕਰ ਕਰੋਨਾ ਦੀ ਮਾਰ ਲੋਕਾਂ ਨੂੰ ਪੈਂਦੀ ਹੈ ਤਾਂ ਇਹਨਾਂ ਬੱਚਿਆਂ ਨੂੰ ਵੀ ਪੈਣੀ ਹੈ। ਤੁਹਾਨੂੰ ਕੀ ਪਤਾ ਕਿ ਹੋਣ ਡਿਆ ਕੀ ਨਹੀਂ, ਕਰੋਨਾ ਤੋਂ ਬਚਣ ਵਾਸਤੇ ਅਸੀਂ ਕੀ ਕਰਨਾ। ਫਿਰ ਉਹ ਮਾਫ਼ੀ ਮੰਗ ਕੇ ਕਿ ਅਸੀਂ ਗਾਂਹ ਤੋਂ ਬੱਚਿਆਂ ਨੂੰ ਟਿਊਸ਼ਨ ਨਹੀਂ ਪੜ੍ਹਾਉਣਾ। ਕੁਝ ਦੁਕਾਨਾਂ ਵੀ ਖੁੱਲ੍ਹੀਆਂ ਪਈਆਂ ਗਈਆਂ ਅੱਜ ਦੁਕਾਨਾਂ ਵੀ ਖੁੱਲ੍ਹੀਆਂ ਸੀਗੀਆਂ। 10-15 ਦੇ ਕਰੀਬ ਅਸੀਂ ਬਾਜ਼ਾਰਾਂ ਦੇ ਵਿੱਚ ਮੁਹੱਲਿਆਂ ਦੇ ਵਿੱਚ ਦੁਕਾਨਾਂ ਜਾ ਕੇ ਬੰਦ ਕਰਾਈਆਂ, ਜਿਹੜੇ ਕਿ ਉੱਦਾਂ ਹੀ ਨਕਲੀ ਜੀਆਂ ਪਰਮਿਸ਼ਨਾਂ ਰੱਖੀਆਂ ਕੋਲ। ਉਹ ਪਰਮਿਸ਼ਨਾਂ ਜਿਹੜੀਆਂ ਆ ਉਹ ਸਿਰਫ ਇਹ ਸੀਗੀਆਂ ਕਿ ਘਰਾਂ ਦੇ ਵਿੱਚ। ਮੈਂ ਆਪਣੇ ਇਹ ਮੋਢਿਆਂ ਅਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦੇ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤੇ ਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਵੇ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ। ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ, ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।